ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਨੈਨਾ, ਲੈ ਕੇ ਹਾਜ਼ਰ ਹਾਂ ਦੇਸ਼ ਦੁਨੀਆ ਦੀਆਂ ਖਬਰਾਂ। ਅਕਸਰੀ ਸਰਕਾਰਾਂ ਦੇ ਗੈਰ ਕਲਾਸੀਫਾਈਡ ਦਸਤਾਵੇਜ਼ ਕੁਝ ਹੈਰਾਨੀਜਨਕ ਖੁਲਾਸੇ ਕਰਦੇ ਨੇ। ਹਾਲ ਹੀ ਵਿੱਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਦਸਤਾਵੇਜ਼ਾਂ ਨੇ ਖੁਲਾਸਾ ਕੀਤਾ ਕਿ ਜੇਕਰ ਪਰਮਾਣੂ ਯੁੱਧ ਸ਼ੁਰੂ ਹੁੰਦਾ ਤਾਂ ਸਭ ਤੋਂ ਪਹਿਲਾਂ ਕਿਹੜਾ ਸਥਾਨ ਤਬਾਹ ਹੋਏਗਾ। ਇਹਨਾਂ ਦਸਤਾਵੇਜ਼ਾਂ 'ਚ ਦੱਸਿਆ ਗਿਆ ਕਿ ਅਮਰੀਕਾ 'ਤੇ ਹਮਲੇ 'ਚ ਸਭ ਤੋਂ ਪਹਿਲਾਂ ਕਿਹੜਾ ਸ਼ਹਿਰ ਤਬਾਹ ਹੋਵੇਗਾ। ਜਨਰਲ ਨਿਊਕਲੀਅਰ ਵਾਰ ਸਿਰਲੇਖ ਵਾਲੀਆਂ ਫਾਈਲਾਂ ਨੂੰ ਅਮਰੀਕੀ ਸਰਕਾਰ ਦੁਬਾਰਾ ਗੁਪਤ ਰੱਖਿਆ ਗਿਆ ਸੀ, ਸ਼ਾਇਦ ਇਸ ਲਈ ਕਿਉਂਕਿ ਇਹਨਾਂ ਵਿੱਚ ਦੱਸਿਆ ਗਿਆ ਸੀ ਕਿ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਨੂੰ ਕਿਸ ਤਬਾਹ ਕੀਤਾ ਜਾ ਸਕਦਾ। ਭਿਆਨਕ ਖੁਲਾਸਾ ਪਹਿਲੀ ਵਾਰ 'ਚ ਮੇਲ ਔਨ ਸੰਡੇ ਵਿੱਚ ਸਾਹਮਣੇ ਆਇਆ ਸੀ। ਇਸ ਵਿੱਚ ਕਿਹਾ ਗਿਆ ਕਿ ਸ਼ਹਿਰ ਉੱਪਰ ਵਿਨਾਸ਼ਕਾਰੀ ਸਰਪ੍ਰਾਈਜ਼ ਅਟੈਕ ਵਿੱਚ ਇੱਕ ਮੈਂਗਟੇਨ ਪਰਮੋਨਿਊਕਲੀਅਰ ਬੰਬ ਨਾਲ ਹਮਲਾ ਕੀਤਾ ਜਾਵੇਗਾ। ਪਰਮਾਣੂ ਰਸਾਇਣਿਕ ਤੇ ਜੀਵ ਵਿਗਿਆਨਿਕ ਰੱਖਿਆ ਪ੍ਰੋਗਰਾਮਾਂ ਲਈ ਰੱਖਿਆ ਦੇ ਸਾਬਕਾ ਸਹਾਇਕ ਸਕੱਤਰ ਐਂਡਰਿਊ ਬੇਬਰ ਨੇ ਕਿਹਾ, ਡੀਸੀ ਦੇ ਵਿਰੁੱਧ ਬੋਲਟ ਆਊਟ ਆਫ ਡਬਲਿਊ ਉੱਪਰ ਹਮਲਾ, ਜਿਸ ਤੋਂ ਡੀਸੀ ਵਿੱਚ ਹਰ ਕੋਈ ਸਭ ਤੋਂ ਵੱਧ ਡਰਦਾ ਹੈ। ਬੋਲਟ ਆਊਟ ਆਫ ਡਬਲਿਊ ਸ਼ਾਇਦ ਅਨੁਮਾਨਿਤ ਤੌਰ 'ਤੇ ਬਿਨਾਂ ਕਿਸੇ ਪੂਰਵ ਚੇਤਾਵਨੀ ਦਾ ਹਮਲਾ। ਇਹ ਆਪਣੇ ਨਾਲ ਲੱਖਾਂ ਡਿਗਰੀ ਤਾਪਮਾਨ ਨਾਲ ਇੱਕ ਵਿਸਫੋਟ ਲਿਆਏਗਾ। ਇਹ ਗਰਮੀ ਲੱਖਾਂ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫੈਲਣ ਵਾਲੇ ਇੱਕ ਵਿਸ਼ਾਲ ਅੰਗ ਦੇ ਗੋਲੇ ਦਾ ਹਿੱਸਾ ਬਣ ਜਾਵੇਗੀ। ਇੰਗਲੈਂਡ ਦੇ ਹੀਥਰੋ ਏਅਰਪੋਰਟ 'ਤੇ ਇੱਕ ਵੱਡਾ ਹਾਦਸਾ ਉਸ ਸਮੇਂ ਵਾਪਰਿਆ ਜਦੋਂ 121 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਬ੍ਰਿਟਿਸ਼ ਏਅਰਵੇਜ਼ ਦਾ ਇੱਕ ਜਹਾਜ਼ ਦੂਜੇ ਜਹਾਜ਼ ਨਾਲ ਟਕਰਾ ਗਿਆ। ਦੂਜਾ ਜਹਾਜ਼ ਵਰਜਿਨ ਐਟਲਾਂਟਿਕ ਦਾ ਸੀ ਅਤੇ ਟੱਕਰ ਦੇ ਸਮੇਂ ਖਾਲੀ ਸੀ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ। ਖ਼ਬਰਾਂ ਮੁਤਾਬਿਕ ਹਾਦਸੇ 'ਚ ਦੋਵਾਂ ਜਹਾਜ਼ਾਂ ਦੇ ਵਿੰਗਸ ਨੂੰ ਨੁਕਸਾਨ ਪਹੁੰਚਿਆ। ਜਾਣਕਾਰੀ ਮੁਤਾਬਿਕ ਵਰਜਿਨ ਐਟਲਾਂਟਿਕ ਦੇ ਬੋਇੰਗ 787-9 ਜਹਾਜ਼ ਨੂੰ ਟਰਮੀਨਲ 3 ਤੋਂ ਏਅਰਫੀਲਡ ਦੇ ਦੂਜੇ ਹਿੱਸੇ 'ਚ ਲਿਜਾਇਆ ਜਾ ਰਿਹਾ ਸੀ। ਜਦੋਂ ਇਹ ਹਾਦਸਾ ਵਾਪਰਿਆ ਜਹਾਜ਼ ਕੁਝ ਸਮਾਂ ਪਹਿਲਾਂ ਲੈਂਡ ਹੋਇਆ ਸੀ। ਇਸ ਲਈ ਇਸ ਵਿੱਚ ਕੋਈ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਨਹੀਂ ਸੀ। ਇਸ ਦੇ ਨਾਲ ਹੀ ਕਾਨਾ ਜਾਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਦੇ ਯਾਤਰੀਆਂ ਲਈ ਦੂਜੀ ਫਲਾਈਟ ਦਾ ਪ੍ਰਬੰਧ ਕੀਤਾ ਗਿਆ। ਇੱਥੇ ਇਹ ਦੱਸ ਦਈਏ ਕਿ ਇਸ ਹਾਦਸੇ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ, ਕੋਈ ਜਾਨੀ ਨੁਕਸਾਨ ਵੀ ਨਹੀਂ ਹੋਇਆ। ਖ਼ਬਰਾਂ ਮੁਤਾਬਿਕ ਹਾਦਸੇ 'ਚ ਦੋਵਾਂ ਜਹਾਜ਼ਾਂ ਦੇ ਵਿੰਗਸ ਨੂੰ ਨੁਕਸਾਨ ਪਹੁੰਚਿਆ। ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਤੋਂ ਆਪਣੇ ਸਾਰੇ ਸੈਨਿਕਾਂ ਨੂੰ ਵਾਪਸ ਬੁਲਾ ਲਿਆ ਸੀ। ਅਜਿਹਾ ਲੱਗ ਰਿਹਾ ਸੀ ਕਿ ਜਗਬੰਦੀ ਹੋਣ ਵਾਲੀ ਹੈ, ਪਰ ਹੁਣ ਨੇਤਨਯਾਹੂ ਨੇ ਰਫਾਹ ਸ਼ਹਿਰ 'ਤੇ ਹਮਲੇ ਦਾ ਐਲਾਨ ਕਰ ਦਿੱਤਾ। ਦੱਖਣੀ ਗਾਜ਼ਾ ਸ਼ਹਿਰ ਤੋਂ ਆਪਣੀ ਫੌਜ ਨੂੰ ਵਾਪਸ ਬੁਲਾਉਣ ਅਤੇ ਈਦ 'ਤੇ ਕੁਝ ਦਿਨਾਂ ਦੀ ਸ਼ਾਂਤੀ ਦੀਆਂ ਖ਼ਬਰਾਂ ਵਿਚਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਦੁਨੀਆਂ ਨੂੰ ਫਿਰ ਹੈਰਾਨ ਕਰ ਦਿੱਤਾ। ਨੇਤਨਯਾਹੂ ਨੇ ਵੀਡੀਓ ਸੰਦੇਸ਼ 'ਚ ਕਿਹਾ ਕਿ ਇਜ਼ਰਾਈਲ ਦੀ ਜਿੱਤ ਲਈ ਨਾ ਸਿਰਫ ਗਾਜ਼ਾ 'ਤੇ ਸਗੋਂ ਰਫਾਹ 'ਤੇ ਵੀ ਹਮਲਾ ਜ਼ਰੂਰੀ ਹੈ। ਗਾਜ਼ਾ ਸ਼ਹਿਰ ਨੂੰ ਜੰਗ ਦੇ ਮੈਦਾਨ ਵਿੱਚ ਤਬਦੀਲ ਕਰਨ ਵਾਲੇ ਨੇਤਨਯਾਹੂ ਨੇ ਹਮਾਸ ਵਿਰੁੱਧ ਅਗਲੇ ਪੜਾਅ ਦੀ ਜੰਗ ਦਾ ਐਲਾਨ ਕਰਦਿਆਂ ਹਮਲੇ ਦੀ ਤਰੀਕ ਦਾ ਐਲਾਨ ਕਰ ਦਿੱਤਾ। ਨੇਤਨਯਾਹੂ ਦੇ ਇਸ ਐਲਾਨ ਤੋਂ ਬਾਅਦ ਅਮਰੀਕਾ ਵੀ ਹੈਰਾਨ ਹੈ। ਉਸਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਇਜ਼ਰਾਈਲ ਨੇ ਇਸ ਸੰਬੰਧ ਵਿੱਚ ਉਸ ਨਾਲ ਸਲਾਹ ਕੀਤੀ ਸੀ। ਅਮਰੀਕਾ ਨੇ ਰਫਾਹ 'ਤੇ ਹਮਲਿਆਂ ਦੀ ਜਾਣਕਾਰੀ ਤੋਂ ਇਨਕਾਰ ਕੀਤਾ। ਨੇਤਨਯਾਹੂ ਅਗੇਨ ਅਨਾਊਂਸ ਦਾ ਅਟੈਕ ਅਮੈਰੀਕਨ ਸਰਪ੍ਰਾਈਜ਼। AFP ਦੀ ਰਿਪੋਰਟ ਮੁਤਾਬਿਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਰਫਾਹ ਸ਼ਹਿਰ ਦੇ ਹਮਲੇ ਦੀ ਤਰੀਕ ਤੈਅ ਕਰ ਦਿੱਤੀ ਗਈ ਹੈ। ਇਜ਼ਰਾਈਲ ਦਾ ਕਹਿਣਾ ਕਿ ਇਹ ਗਾਜ਼ਾ ਵਿੱਚ ਹਮਾਸ ਦੇ ਆਖਰੀ ਗੜ੍ਹਾਂ ਵਿੱਚ ਇੱਕ ਹੈ, ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹਮਲਾ ਕਦੋਂ ਹੋਵੇਗਾ। ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਿੱਖਾਂ ਦੇ ਵੱਡੇ ਕੌਮੀ ਦਿਹਾੜੇ ਵਜੋਂ ਮਾਨਤਾ ਦਿਵਾਉਣ ਲਈ ਪਿਛਲੇ ਸਮਿਆਂ ਤੋਂ ਲਗਾਤਾਰ ਕੰਮ ਕਰ ਰਹੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢੀ ਜਾਂਦੀ ਪਰੇਡ ਇਸ ਵਾਰ ਸੰਗਤਾਂ ਦੀ ਬਹੁਤ ਭਰਵੀਂ ਸ਼ਮੂਲੀਅਤ ਨਾਲ ਹੋਰ ਨਵੀਆਂ ਬੁਲੰਦੀਆਂ ਉੱਤੇ ਪਹੁੰਚੀ। ਅਮਰੀਕਾ ਭਰ ਤੋਂ ਅਤੇ ਖਾਸ ਕਰਕੇ ਈਸਟ ਕੋਸਟ ਦੀਆਂ ਸਾਰੀਆਂ ਸਟੇਟਾਂ ਦੇ ਗੁਰਦੁਆਰਿਆਂ ਤੋਂ ਸੰਗਤਾਂ ਇਸ ਪਰੇਡ ਵਿੱਚ ਸ਼ਾਮਿਲ ਹੋਈਆਂ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਹੁੰਦੀ ਇਹ ਪਰੇਡ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਫਰੀਡਮ ਮਾਰਚ ਵਜੋਂ ਸਿੱਖ ਰਾਜ ਦਾ ਸੁਨੇਹਾ ਦੁਨੀਆ ਭਰ ਦੇ ਲੋਕਾਂ ਨੂੰ ਦੇਣ ਵਿੱਚ ਕਾਮਯਾਬ ਹੋਈ। ਮੈਕਸੀਕੋ ਵਿੱਚ ਕੱਲ੍ਹ ਜਨੀ ਸੋਮਵਾਰ ਸਵੇਰੇ 11 ਵਜੇ ਦੀ ਭਾਰਤੀ ਸਮੇਂ ਅਨੁਸਾਰ ਸੋਮਵਾਰ ਰਾਤ ਕਰੀਬ 10 ਵਜੇ ਦਿਨ ਵਿੱਚ ਹਨੇਰਾ ਛਾ ਗਿਆ।
ਇਸ ਦੇ ਨਾਲ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਮੈਕਸੀਕੋ ਦੇ ਨਾਲ ਨਾਲ ਇਸ ਦਾ ਅਸਰ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਦਿਖਿਆ। ਜਿੱਥੇ ਜਿੱਥੇ ਸੂਰਜ ਗ੍ਰਹਿਣ ਦਿਖਿਆ ਉੱਥੇ ਕਰੀਬ 4 ਸੈਕਿੰਡ ਤੱਕ ਦਿਨ ਵਿੱਚ ਹਨੇਰਾ ਰਿਹਾ। ਦੂਜੇ ਪਾਸੇ 54 ਦੇਸ਼ਾਂ ਵਿੱਚ ਮਾਮੂਲੀ ਤੌਰ 'ਤੇ ਸੂਰਜ ਗ੍ਰਹਿਣ ਲੱਗਾ। ਸੋਮਵਾਰ ਨੂੰ ਲੱਗੇ ਸੂਰਜ ਗ੍ਰਹਿਣ ਦਾ ਭਾਰਤ ਵਿੱਚ ਕੋਈ ਅਸਰ ਦਿਖਾਈ ਨਹੀਂ ਦਿੱਤਾ ਕਿਉਂਕਿ ਗ੍ਰਹਿਣ ਜਦੋਂ ਲੱਗਾ ਤਾਂ ਉਸ ਸਮੇਂ ਇੱਥੇ ਰਾਤ ਸੀ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਦੱਸਿਆ ਕਿ ਹੁਣ ਅਮਰੀਕਾ ਵਿੱਚ ਅਗਲੇ 21 ਸਾਲ ਤੱਕ ਅਜਿਹਾ ਸੂਰਜ ਗ੍ਰਹਿਣ ਦੇਖਣ ਨੂੰ ਨਹੀਂ ਮਿਲੇਗਾ। ਇਸੇ ਤਰ੍ਹਾਂ ਅਮਰੀਕਾ ਦੇ ਰਕਸਾਂਸ ਵਿੱਚ ਸੂਰਜ ਗ੍ਰਹਿਣ ਦੌਰਾਨ 400 ਜੋੜਿਆਂ ਨੇ ਵਿਆਹ ਕਰਵਾਇਆ। ਨਿਊਯਾਰਕ ਟਾਈਮਸ ਮੁਤਾਬਿਕ ਸਾਰਿਆਂ ਨੇ ਜ਼ਿੰਦਗੀ ਭਰ ਸੂਰਜ ਗ੍ਰਹਿਣ ਜਿਹੇ ਅਜੂਬੇ ਇਕੱਠੇ ਦੇਖਣ ਅਤੇ ਚੰਨ ਤਾਰਿਆਂ ਦੀ ਕਸਮਾਂ ਖਾਧੀਆਂ। ਇਸ ਦੌਰਾਨ ਵਿਆਹ ਦੇ ਕੇਕ 'ਤੇ ਵੀ ਸੂਰਜ ਗ੍ਰਹਿਣ ਦੀ ਤਸਵੀਰ ਲੱਗੀ ਹੋਈ ਸੀ। ਦੇਸ਼ ਦੇ ਕਈ ਸੂਬਿਆਂ 'ਚ ਵੱਧਦੇ ਤਾਪਮਾਨ ਕਾਰਨ ਭਿਆਨਕ ਗਰਮੀ ਪੈ ਰਹੀ ਹੈ। ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿੱਚ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਨੰਤਪੁਰ ਵਿੱਚ 42.8 ਡਿਗਰੀ ਅਤੇ ਤ੍ਰਿਪੁਤੀ ਵਿੱਚ 41.7 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ ਤਾਪਮਾਨ 40-43 ਦੇ ਵਿਚਕਾਰ ਦਰਜ ਕੀਤਾ ਜਾ ਰਿਹਾ। ਮੌਸਮ ਵਿਭਾਗ ਮੁਤਾਬਿਕ ਦੱਖਣੀ ਭਾਰਤ ਦੇ ਕਈ ਇਲਾਕਿਆਂ 'ਚ ਤਾਪਮਾਨ 'ਚ ਕੁਝ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਤਟਵਰਤੀ ਆਂਧਰਾ ਪ੍ਰਦੇਸ਼ ਵਿੱਚ 2-4 ਡਿਗਰੀ ਸੈਲਸੀਅਸ ਅਤੇ ਰਾਇਲਸੀਮਾ, ਤੇਲੰਗਾਨਾ ਅਤੇ ਅੰਦਰੂਨੀ ਕਰਨਾਟਕ ਵਿੱਚ 1-2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਟਵਰਤੀ ਆਂਧਰਾ ਪ੍ਰਦੇਸ਼ ਦੇ ਕੁਵਾਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇੱਕ ਪਾਸੇ ਜਿੱਥੇ ਦੇਸ਼ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ, ਉੱਥੇ ਦੂਜੇ ਪਾਸੇ ਅੱਜ ਕਈ ਥਾਵਾਂ 'ਤੇ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਵਿਦਰਭ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਮੁਤਾਬਿਕ ਅਗਲੇ 2-3 ਘੰਟਿਆਂ ਦੌਰਾਨ ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਵਿਦਰਭ 'ਚ ਮੀਂਹ ਅਤੇ ਗਰਜ ਨਾਲ ਮੀਂਹ ਪੈ ਸਕਦਾ। ਇਸ ਦੇ ਨਾਲ ਹੀ ਉੜੀਸਾ 'ਚ ਗਰਜ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਸ ਵਾਰ ਰਾਮਨਵਮੀ 'ਤੇ ਸੂਰਜ ਦੀਆਂ ਕਿਰਨਾਂ ਰਾਮ ਮੰਦਿਰ 'ਚ ਮੌਜੂਦ ਭਗਵਾਨ ਸ਼੍ਰੀ ਰਾਮ ਲੱਲਾ ਦਾ ਅਭਿਸ਼ੇਕ ਕਰਨਗੀਆਂ। ਕਿਰਨਾਂ 17 ਅਪ੍ਰੈਲ ਨੂੰ ਦੁਪਹਿਰ 12 ਵਜੇ ਮੰਦਿਰ ਦੀ 3 ਮੰਜ਼ਿਲ 'ਤੇ ਲਗਾਏ ਗਏ ਆਪਟੋਮੈਕਨੀਕਲ ਸਿਸਟਮ ਰਾਹੀਂ ਪਾਵਨ ਸਥਾਨ 'ਤੇ ਪਹੁੰਚ ਜਾਣਗੀਆਂ। ਇੱਥੇ ਕਿਰਨਾਂ ਸ਼ੀਸ਼ੇ ਤੋਂ ਪ੍ਰਤੀਬਿੰਬਤ ਹੋਣਗੀਆਂ ਅਤੇ 4 ਮਿੰਟ ਤੱਕ 75 ਮਿਲੀਮੀਟਰ ਦੇ ਆਕਾਰ ਦੇ ਗੋਲ ਤਿਲਕ ਦੇ ਰੂਪ ਵਿੱਚ ਰਾਮ ਲੱਲਾ ਦੇ ਮੱਥੇ 'ਤੇ ਸਿੱਧੇ ਦਿਖਾਈ ਦੇਣਗੀਆਂ। ਇਹ ਸੂਰਜ ਤਿਲਕ ਦੇਸ਼ ਦੀਆਂ 2 ਵਿਗਿਆਨਕ ਸੰਸਥਾਵਾਂ ਦੀ ਮਿਹਨਤ ਨਾਲ ਸਾਕਾਰ ਹੋ ਰਿਹਾ। ਮੰਦਿਰ ਦੇ ਪੁਜਾਰੀ ਅਸ਼ੋਕ ਉਪਾਧਿਆਏ ਮੁਤਾਬਿਕ ਕੁਝ ਦਿਨ ਪਹਿਲਾਂ ਪਾਵਨ ਸਥਾਨ ਦੇ ਬਿਲਕੁਲ ਉੱਪਰ 3 ਮੰਜ਼ਿਲ 'ਤੇ ਸੂਰਜ ਤਿਲਕ ਲਈ ਵਿਗਿਆਨਿਕ ਉਪਕਰਣ ਲਗਾਇਆ ਗਿਆ ਸੀ। ਐਤਵਾਰ ਨੂੰ ਦੁਪਹਿਰ ਦੀ ਆਰਤੀ ਤੋਂ ਬਾਅਦ ਜਦੋਂ ਪਹਿਲਾ ਪੱਖ ਹੋਇਆ ਤਾਂ ਰਾਮ ਲੱਲਾ ਦੇ ਬੁੱਲਾਂ 'ਤੇ ਕਿਰਨਾਂ ਪੈ ਗਈਆਂ। ਫਿਰ ਲੈਂਸ ਦੁਬਾਰਾ ਮੇਟ ਕੀਤਾ ਗਿਆ ਅਤੇ ਸੋਮਵਾਰ ਨੂੰ ਟਾਇਲ ਕੀਤਾ ਗਿਆ ਅਤੇ ਮੱਥੇ 'ਤੇ ਕਿਰਨਾਂ ਪੈ ਗਈਆਂ। ਇਸ ਕਾਰਨ ਹੁਣ ਰਾਮਨੌਮੀ 'ਤੇ ਸੂਰਜ ਤਿਲਕ ਦਾ ਆਯੋਜਨ ਕਰਨਾ ਨਿਸ਼ਚਿਤ ਮੰਨਿਆ ਜਾ ਰਿਹਾ। ਪੰਜਾਬ ਵਿੱਚ ਜੂਨ ਜੁਲਾਈ 'ਚ ਬੇਸ਼ੱਕ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇ, ਪਰ ਬਿਜਲੀ ਖਪਤਕਾਰਾਂ 'ਤੇ ਹਲੇ ਬਿਜਲੀ ਦੀਆਂ ਦਰਾਂ 'ਚ ਕਿਸੇ ਵੀ ਤਰ੍ਹਾਂ ਦੇ ਵਾਧੇ ਦੀਆਂ ਸੰਭਾਵਨਾਵਾਂ ਅਸਲੀ ਨਹੀਂ ਹੋਈਆਂ। ਹਰ ਵਿੱਤੀ ਸਾਲ ਲਈ ਪੰਜਾਬ ਪਾਵਰਕੌਮ ਵੱਲੋਂ ਦਾਇਰ ਸਾਲਾਨਾ ਮਾਲੀਆ ਪ੍ਰਾਪਤੀਆਂ ARR ਦੇ ਆਧਾਰ 'ਤੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਬਰੇ ਲਈ ਬਿਜਲੀ ਦੀਆਂ ਦਰਾਂ ਤੈਅ ਕੀਤੀਆਂ ਜਾਂਦੀਆਂ ਨੇ। ਬੇਸ਼ੱਕ ਇਸ ਸੰਬੰਧੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2024-25 ਲਈ ਬਿਜਲੀ ਦਰਾਂ ਤੈਅ ਕਰਨ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਸੀ। ਇਸ ਦੌਰਾਨ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਕਾਰਨ ਆਦਰਸ਼ ਚੋਣ ਜ਼ਾਬਤੇ ਨੂੰ ਧਿਆਨ 'ਚ ਰੱਖਦਿਆਂ ਕਮਿਸ਼ਨ ਨੇ ਦਰਾਂ ਤੈਅ ਕਰਨ ਅਤੇ ਐਲਾਨ ਕਰਨ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ। ਨਾਲ ਹੀ ਐਲਾਨ ਕੀਤਾ ਕਿ ਇਹਨਾਂ ਦਰਾਂ ਨੂੰ ਤੈਅ ਕਰਨ ਤੱਕ ਹੁਣ ਤੱਕ ਪ੍ਰਚਲਿਤ ਦਰਾਂ ਨਾ ਸਿਰਫ ਲਾਗੂ ਰਹਿਣਗੀਆਂ ਸਗੋਂ ਪੰਜਾਬ ਸਰਕਾਰ ਵੱਲੋਂ ਤੈਅ ਸਬਸਿਡੀ ਦਰਾਂ ਵੀ ਪਹਿਲਾਂ ਵਾਂਗ ਹੀ ਰਹਿਣਗੀਆਂ। ਦੁਬਾਰਾ ਫਿਰ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਧੰਨਵਾਦ।